ਦੇ ਖੇਤਰ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਮਾੜਕੇ ਮਾਰ ਸਕਦੇ ਹੋ ਇੱਕ ਸਕਿੱਲ ਲੈ ਕੇ ਮੰਡੀਕਰਨ ਦੀ ਸਕਿੱਲ ਬਹੁਤ ਜ਼ਰੂਰੀ ਆ ਅੱਜ ਦੀ ਡੇਟ ਦੇ ਵਿੱਚ ਜਿੰਨੇ ਮੰਡੀਕਰਨ ਦੀ ਸਕਿੱਲ ਲੈ ਲਈ ਆਲੇ ਦੁਆਲੇ ਆਪਣੇ ਜਿਣਸ ਬਹੁਤ ਪੈਦਾ ਹੁੰਦੀ ਹੈ ਤੁਹਾਨੂੰ ਮੈਂ ਦੱਸਿਆ ਛੋਲੀਆ ਲੈ ਲਓ ਚਿੱਬੜ ਲੈ ਲਓ ਤੁੱਕੇ ਲੈ ਲਓ ਭੇਦਾ ਅਚਾਰ ਬਣਦਾ ਕਿ ਨਹੀਂ ਬਣਦਾ ਬਣਾ ਕੇ ਵੇਚ ਲਓ ਸ਼ਰਬਤ ਬਣਦਾ ਜੈਲੀ ਬਣਦੀ ਹੈ ਜੈਮ ਬਣਦੇ ਆ ਬਿੱਲ ਦਾ ਸਕੁਐਸ਼ ਬਣਦਾ ਪੇਟ ਦੀ ਬਹੁਤ ਚੰਗਾ ਹੁੰਦਾ ਜਿੰਨੇ ਮਰਜ਼ੀ ਪੈਸੇ ਕਮਾ ਲਓ ਵਿਧੀ ਸਿੱਖ ਲਓ ਯੂਨੀਵਰਸਿਟੀ ਵਿਧੀ ਵੀ ਸਿਖਾਉਂਦੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਕੀ ਅਸੀਂ ਸ਼ਹਿਦ ਦੀ ਡੱਬਾਬੰਦੀ ਨਹੀਂ ਕਰ ਸਕਦੇ ਕੀ ਅਸੀਂ ਪਿਆਜ਼ ਨੂੰ ਸਿਰਕੇ 'ਚ ਪਾ ਕੇ ਨਹੀਂ ਵੇਚ ਸਕਦੇ ਕੀ ਅਸੀਂ ਅਦਰਕ ਨੂੰ ਕੱਟ ਕੇ ਸਿਰਕੇ 'ਚ ਪਾ ਕੇ ਨਹੀਂ ਵੇਚ ਸਕਦੇ ਜ਼ਿਮੀਂਦਾਰਾਂ ਦੇ ਕੀਤੇ ਹੋਏ ਕੰਮ ਮੈਂ ਤੁਹਾਡੇ ਮੂਹਰੇ ਰੱਖ ਰਿਹਾ ਜਿੰਨੀਆਂ ਉਦਾਹਰਨਾਂ ਦਿੱਤੀਆਂ ਇਹ ਸਾਰੀਆਂ ਤੁਹਾਡੇ ਵਿੱਚੋਂ ਹੀ ਜਿਹੜੇ ਲੋਕ ਇੱਥੋਂ ਸਿੱਖ ਕੇ ਗਏ ਉਹਨਾਂ ਦੀਆਂ ਤਿਆਰ ਕੀਤੀਆਂ ਹੋਈਆਂ ਵਸਤੂਆਂ ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਮੈਨੂੰ ਪੁੱਛ ਲਓ ਵਿਧੀ ਬੜੀ ਸਿੰਪਲ ਆ ਲਿਫਾਫਾਬੰਦੀ ਕਰਨੀ ਹੈ ਡੱਬਾਬੰਦੀ ਕਰਨੀ ਹੈ ਲੇਬਲ ਲਾਉਣਾ ਸਿੱਖਣਾ ਵਸਤੂ ਨੂੰ ਸਜਾਉਣਾ ਸਿੱਖਣਾ ਖਪਤਕਾਰ ਦੀ ਜ਼ਰੂਰਤ ਦੇ ਅਨੁਸਾਰ ਤੁਹਾਡੇ ਸਾਹਮਣੇ ਆ 200 ਗ੍ਰਾਮ ਦੀ ਪੈਕਿੰਗ ਸ਼ਹਿਦ ਦੀ ਪਈ ਆ ਜ਼ਿਮੀਂਦਾਰ ਨੇ ਤਿਆਰ ਕੀਤੀ ਆ ਕਿੰਨੀ ਸੋਹਣੀ ਸ਼ੀਸ਼ੀ ਆ ਕੰਪਨੀ ਵੀ ਇਹੋ ਜਿਹੀ ਸ਼ੀਸ਼ੀ ਨਹੀਂ ਤਿਆਰ ਕਰਦੀ ਸਿਧਾਂਤਕ ਤੌਰ 'ਤੇ ਉਹਨੇ ਸਿੱਖਿਆ ਮੰਡੀਕਰਨ ਦੇ ਸਿਧਾਂਤਾਂ ਨੂੰ ਸਿੱਖਦੇ ਹੋਏ ਛਮਾਹੀ ਆਮਦਨ ਨੂੰ ਮਹੀਨੇ ਦੀ ਆਮਦਨ 'ਚ ਕਨਵਰਟ ਕਰ ਲਿਆ ਮਹੀਨੇ ਦੀ ਆਮਦਨ ਨੂੰ ਹਫ਼ਤੇ ਦੀ ਆਮਦਨ 'ਚ ਕਨਵਰਟ ਕਰ ਲਿਆ ਕੀਤਾ ਕਿ ਨਹੀਂ ਕੀਤਾ ਇਹੀ ਗੋਰਾ ਹੈ ਪੰਜਾਬੀ ਜ਼ਿਮੀਂਦਾਰ ਪੰਜਾਬੀ ਸਵਾਣੀਆਂ ਜੇ ਗੱਲ ਨੂੰ ਸਮਝ ਜਾਣ ਪੰਜਾਬ 'ਚ ਹਜੇ ਵੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਅਸੀਂ ਸਬਸਿਡੀ ਨਹੀਂ ਲੈਣੀ ਅਸੀਂ ਸਰਕਾਰ ਦੇ ਮੂਹਰੇ ਹੱਥ ਨਹੀਂ ਅੱਡਣੇ ਪੜ੍ਹਾਈ ਲਈ ਹੱਥ ਅੱਡ ਲਓ ਕਿ ਸਾਨੂੰ ਵਿੱਦਿਆ ਦਿਓ ਮਿਹਨਤ ਲਈ ਹੱਥ ਨਹੀਂ ਅੱਡਣੇ ਕਿਸੇ ਦੇ ਮੂਹਰੇ ਰੋਟੀ ਲਈ ਹੱਥ ਨਹੀਂ ਅੱਡਣੇ ਉਹ ਅਸੀਂ ਖੁਦ ਆਪ 8 ਘੰਟੇ ਮਿਹਨਤ ਕਰਕੇ ਕਮਾਉਂਦੇ ਹਾਂ ਤੁਸੀਂ ਕਮਾ ਸਕਦੇ ਹੋ ਤੁਸੀਂ ਮਿਹਨਤ ਕਰ ਸਕਦੀਆਂ ਹੋ ਤੁਹਾਡੇ ਤੋਂ ਵੱਧ ਮਿਹਨਤੀ ਇਸ ਦੁਨੀਆ 'ਚ ਕੋਈ ਨਹੀਂ ਹੈ ਮੈਨੂੰ ਪਤਾ ਤੁਸੀਂ ਆਪ ਭਾਵੇਂ ਭੁੱਖੀਆਂ ਰਹਿ ਲਓ ਜਵਾਕਾਂ ਨੂੰ ਰੋਟੀ ਖਵਾਉਂਦੀ ਹਾਂ ਇਸ ਤੋਂ ਵੱਧ ਪੰਜਾਬੀ ਕੁਛ ਨਹੀਂ ਕਰ ਸਕਦੇ ਮਾਵਾਂ ਕੁਛ ਨਹੀਂ ਕਰ ਸਕਦੀਆਂ ਕੁੜੀਆਂ ਬੀਬੀਆਂ ਕੁਛ ਨਹੀਂ ਕਰ ਸਕਦੀਆਂ ਜਿਹੜੀਆਂ ਆਪ ਭੁੱਖੀਆਂ ਰਹਿ ਸਕਦੀਆਂ ਦੂਜਿਆਂ ਨੂੰ ਰੋਟੀ ਖਵਾ ਸਕਦੀਆਂ ਇਸ ਤੋਂ ਇਹਦਾ ਮਤਲਬ ਉਹਨਾਂ ਸ਼ਮਤਾ ਹੈਗੀ ਹੈ ਕੰਮ ਕਰਨ ਦੀ ਅਸੀਂ ਕਿਸੇ ਦੇ ਨਾਲ ਹੱਥ ਨਹੀਂ ਅੱਡਣੇ ਅਸੀਂ ਇਹ ਸਕਿੱਲ ਸਿਖਾ ਦਿਓ ਤੁਸੀਂ ਜੇ ਸਿੱਖ ਲਈ ਤੁਸੀਂ ਆਪਣੀਆਂ ਗਾਂਹ ਬੱਚੀਆਂ ਨੂੰ ਸਿਖਾ ਦਿਓ ਆਪਣੀਆਂ ਧੀਆਂ ਨੂੰ ਨੂੰਹਾਂ ਨੂੰ ਸਿਖਾ ਦਿਓ ਛੋਟਾ ਕੰਮ ਕਰੋ ਛੋਟੇ ਲੈਵਲ ਤੋਂ ਕਰੋ ਹੌਲੀ ਹੌਲੀ 1-2 ਸਾਲ ਬਾਅਦ ਤਰੱਕੀ ਕਰੋਗੀਆਂ ਹੌਲੀ ਹੌਲੀ ਰਫ਼ਤਾਰ 'ਚ ਜਾਊਂਗੀਆਂ ਤਰੱਕੀ ਕਰਦੀਆਂ ਆ ਤੁਹਾਡੇ ਸਾਹਮਣੇ ਆ ਦੇਖ ਲਓ ਅਸੀਂ ਕਿਉਂ ਨਹੀਂ ਕਰ ਸਕਦੇ ਹੁਣ ਤੁਸੀਂ ਇਸ ਚੀਜ਼ ਨੂੰ ਜਿਹੜੀ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਇਹ ਸਾਰੀਆਂ ਗੱਲਾਂ ਨੂੰ ਇੱਕ ਵਾਰੀ ਪਰੋਣ ਦੀ ਕੋਸ਼ਿਸ਼ ਕਰੋ ਕਿ ਵੀ ਹਾਂ ਇਹ ਵਸਤੂਆਂ ਅਸੀਂ ਤਿਆਰ ਕਰ ਸਕਦੇ ਹਾਂ ਵਸਤੂਆਂ ਦੀ ਕੋਈ ਲਿਮਿਟ ਨਹੀਂ ਹੈ ਸਾਬਣ ਵੀ ਐਗਰੀਕਲਚਰਲ ਪ੍ਰੋਡਕਟ ਕੱਪੜੇ ਧੋਣ ਵਾਲਾ ਸਾਬਣ ਵੀ ਐਗਰੀਕਲਚਰਲ ਪ੍ਰੋਡਕਟ ਇਸ ਗੱਲ ਨੂੰ ਤੁਹਾਨੂੰ ਮੰਨਣਾ ਪਊਗਾ ਕੱਪੜਾ ਵੀ ਐਗਰੀਕਲਚਰਲ ਪ੍ਰੋਡਕਟ ਉਹਦਾ ਵਪਾਰ ਕਰ ਲਓ ਆ ਅਸੀਂ ਤਿਆਰ ਕੀਤੇ ਸੀ ਲਸਣ ਦੇ ਅਤੇ ਗੋਭੀ ਦੇ ਅਤੇ ਸ਼ਲਗਮ ਦੇ ਹਾਰ 500 ਰੁਪਏ ਦਾ ਹਾਰ ਵਿਕਦਾ ਜਦੋਂ ਸਾਹਾ ਭਾਰੀ ਹੁੰਦਾ ਆ ਵੀ ਹੁੰਦਾ ਨਾ ਸਾਹਾ ਜਦੋਂ ਨਵੰਬਰ ਦਸੰਬਰ ਜਨਵਰੀ ਫਰਵਰੀ ਵਿਆਹਾਂ ਦੇ ਵਿੱਚ ਲੋਕ ਸਜਾਉਂਦੇ ਆ ਇੱਕ ਜ਼ਿਮੀਂਦਾਰ ਕਹਿੰਦਾ ਮੈਂ ਆਹ ਤਿਆਰ ਕਰੂੰਗਾ ਵਿਕਣਗੇ ਜੀ ਮੈਂ ਕਿਹਾ ਕਿਉਂ ਨਹੀਂ ਵਿਕਣਗੇ 100% ਹੀ ਵਿਕਣਗੇ ਦੇਖ ਲਓ ਤੁਹਾਡੇ ਸਾਹਮਣੇ ਲਸਣ ਦੇ ਹਾਰ ਸ਼ੁਭ ਮੰਨੇ ਜਾਂਦੇ ਆ ਮੰਡੀਕਰਨ ਕੀ ਕਹਿੰਦਾ ਗੈਪ ਲੱਭੋ ਵਸਤੂ ਬਣਾਓ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਵਸਤੂ ਪੇਸ਼ ਕਰੋ ਹੁਣ ਤੁਹਾਨੂੰ ਇਹਦੇ ਵਿੱਚ ਮੈਂ ਹੋਰ ਕੀ ਉਦਾਹਰਨ ਦੇ ਦਾਂ ਕਿ ਸ਼ਲਗਮ ਦੇ ਹਾਰ ਬਣਾਏ ਹੋਏ ਲਸਣ ਦੇ ਬਣਾਏ ਹੋਏ ਹਾਰ ਵਿਕ ਰਹੇ ਨੇ ਅਤੇ ਜ਼ਿਮੀਂਦਾਰ ਮੁਨਾਫਾ ਕਮਾ ਰਹੇ ਨੇ ਜੇ ਤੁਹਾਨੂੰ